ਦੀ ਮੂਲ ਧਾਰਾ ਵੱਲ ਧਿਆਨ ਲੈ ਜਾਣ ਤੋਂ ਪਹਿਲਾਂ ਮੈਂ ਆਪ ਸਭ ਜੀ ਦੇ ਹਿਰਦੇ ਵਿੱਚ ਵਸ ਰਹੇ ਆਤਮਦੇਵ ਨੂੰ ਕੋਟੀ ਕੋਟੀ ਨਮਨ ਕਰ ਰਹੀ ਹਾਂ। ਕਿਰਪਿਆ ਸਭੀ ਸ਼ੋਤਾ ਜਨ ਮੇਰੇ ਨਮਨ ਪ੍ਰਵਾਨ ਕਰਨ, ਪ੍ਰਵਾਨ ਕਰਨ, ਪ੍ਰਵਾਨ ਕਰਨ। ਇਹ ਬ੍ਰਹਮ ਸ਼ਬਦ ਸ੍ਰਿਸ਼ਟੀ ਵਿੱਚ ਕਈ ਤਰ੍ਹਾਂ ਹੀ ਬੋਲਣ ਵਿੱਚ ਆਉਂਦਾ ਹੈ। ਇਸ ਨੂੰ ਆਤਮਾ ਕਹਿ ਲਈਏ, ਪਰਮਾਤਮਾ, ਅੱਲਾ, ਅਕਾਲ ਪੁਰਖ, ਵਾਹਿਗੁਰੂ ਜਾਂ ਏਕਮਕਾਰ, ਇਸ ਤਰ੍ਹਾਂ ਕਿਸੇ ਵੀ ਤਰ੍ਹਾਂ ਦੇ ਅਲੱਗ ਅਲੱਗ ਨਾਮਾਂ ਨੂੰ ਲੈ ਲੈਣ ਦੇ ਨਾਲ ਪਰਮਾਤਮ ਹਸਤੀ ਦੇ ਵਿੱਚ, ਪਰਮਾਤਮ ਸ਼ਕਤੀ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਫਰਕ ਨਹੀਂ ਪੈਂਦਾ। ਇਹ ਬ੍ਰਹਮ ਸ਼ਬਦ ਅਨਾਦੀ ਸਾਡੇ ਸਾਰੇ ਜੀਵਾਂ ਦੀ ਪਹਿਚਾਣ ਹੈ। ਵਾਸਤਵ ਵਿੱਚ ਦੇਖਿਆ ਜਾਵੇ ਤਾਂ ਪਰਮਾਤਮਾ ਨੂੰ ਅਸੀਂ ਸ਼ਬਦਾਂ ਦੇ ਲਿਫਾਜ਼ ਵਿੱਚ ਬੰਨ ਨਹੀਂ ਸਕਦੇ। ਪਰਮਾਤਮਾ ਤਾਂ ਬੇਸ਼ਬਦੀ ਮੂਨ ਅਡੋਲ ਸੱਤਾ ਹੈ। ਇਹ ਨਾ ਦਿਸਣ ਦੇ ਕਾਰਨ ਹੀ ਅੱਜ ਸ੍ਰਿਸ਼ਟੀ ਦੇ ਵਿੱਚ ਅਸੀਂ ਜੀਵ ਪ੍ਰਾਣੀ ਕਿਤਨੇ ਭਰਮਾਂ ਵਿੱਚ ਫਸ ਗਏ ਹਾਂ। ਔਰ ਅਲੱਗ ਅਲੱਗ ਜਾਤੀ ਵਰਨ ਸੰਪਰਦਾਇਆਂ ਦੇ ਵਿੱਚ ਇਤਨੇ ਲੜਾਈ ਝਗੜੇ ਧਰਮ ਦੇ ਨਾਮ 'ਤੇ ਜੋ ਹੋ ਜਾਂਦੇ ਹਨ, ਉਹ ਕੇਵਲ ਸ਼ਬਦਾਂ ਦੇ ਵਿੱਚ ਬਹਿਸ ਮੁਵਾਸੇ ਦੇ ਵਿੱਚ ਮਨ ਦੇ ਸੰਕੀਰਨ ਦਾਰਿਆਂ ਦੇ ਕਾਰਨ ਹੀ ਝਗੜੇ ਹਨ। ਵਰਨਾ ਤਾਂ ਪਰਮਾਤਮਾ ਨੂੰ ਜਦ ਅਸੀਂ ਸ਼ਬਦਾਂ ਵਿੱਚ ਬੰਨ ਹੀ ਨਹੀਂ ਸਕਦੇ ਤੇ ਇਹ ਸੋਚ ਦੇ ਦਾਰੇ ਤੋਂ ਪਰੇ ਨਿਕਲ ਕੇ ਹੀ ਅਸੀਂ ਉਸ ਬੇਸ਼ਬਦੀ ਮੂਨ ਪਰਬ੍ਰਹਮ ਸੱਤਾ ਦੇ ਮਰਮ ਨੂੰ ਜਾਣ ਸਕਾਂਗੇ। ਇਸ ਕਰਕੇ ਸਾਰਿਆਂ ਨੂੰ ਇਸ ਚੀਜ਼ ਵੱਲ ਆਪਣਾ ਧਿਆਨ ਖਿੱਚਣਾ ਚਾਹੀਦਾ ਹੈ ਕਿ ਅਕਸਰ ਜੇ ਅਸੀਂ ਇਸ ਸ੍ਰਿਸ਼ਟੀ ਵਿੱਚ ਵਿਚਰਨ ਕਰ ਰਹੇ ਹਾਂ ਤਾਂ ਅਸੀਂ ਕਿਹੜੀ ਸ਼ਕਤੀ ਦੇ ਨਾਲ ਚੱਲਦੇ ਫਿਰਦੇ ਹਾਂ? ਅਰੇ ਉਹ ਪਰਮਾਤਮਾ ਕੋਈ ਆਪਣੇ ਇਸ ਇੱਕ ਭੌਤਿਕ ਜਗਤ ਦੀ ਰਚਨਾ ਕਰਕੇ ਕਿਸੇ ਹੋਰ ਬ੍ਰਹਮੰਡ ਵਿੱਚ ਹੀ ਨਹੀਂ ਵੱਸਦੇ ਹੈ। ਉਹ ਆਪਣੇ ਇਸ ਹੀ ਮ੍ਰਿਤੂ ਲੋਕ ਦੇ ਵਿੱਚ, ਆਪਣੇ ਮਾਇਆ ਦੇ ਲੋਕ ਦੇ ਵਿੱਚ, ਹਰ ਕੰਨ ਕੰਨ ਦੇ ਵਿੱਚ, ਘੱਟ ਘੱਟ ਵਿੱਚ, ਹਰ ਥਾਂ 'ਤੇ ਪੂਰਨ ਸੱਤਾ ਲੈ ਕੇ ਵਿਰਾਜਤ ਹਨ। ਪਰ ਸਾਡੀਆਂ ਅੱਖਾਂ ਇਤਨੇ ਛੋਟੇ ਦਾਰਿਆਂ ਵਿੱਚ ਪਰਮਾਤਮਾ ਨੂੰ ਵੀ ਦੇਖਣ ਦੀਆਂ ਆਦੀ ਹੋ ਗਈਆਂ ਹਨ ਕਿ ਗੁਰੂ ਨੂੰ ਵੀ ਇੱਕ ਆਪਣੇ ਛੋਟੇ ਜਿਹੇ ਮਨ ਦੇ ਦਾਰੇ ਤੋਂ ਹੀ ਪਕੜਨ ਦੀ ਕੋਸ਼ਿਸ਼ ਕਰਦੇ ਹਨ। ਪਰ ਜਿਸ ਤਰ੍ਹਾਂ ਹੀ ਅਸੀਂ ਮਨ ਦੇ ਦਾਰਿਆਂ ਤੋਂ ਪਰੇ ਉਸ ਗੁਰੂ ਸ਼ਬਦ ਨੂੰ ਅਰਥਾਤ ਗੁਰ ਅਰਥਾਤ ਜੁਗਤੀ ਕਿ ਜਿਹੜੀਆਂ ਬਾਣੀਆਂ ਸੱਤ ਸ਼ਾਸਤਰਾਂ ਵਿੱਚ ਆ ਜਾਂਦੀਆਂ, ਗੁਰੂਆਂ ਦੇ ਮੁੱਖ ਤੋਂ ਛਲਕ ਜਾਂਦੀਆਂ, ਅਕਸਰ ਤਾਂ ਉਹ ਇੱਕ ਕਿਸੇ ਤਰ੍ਹਾਂ ਦੀ ਜੁਗਤੀ ਨੂੰ ਬਾਹਰ ਉਛਾਲਦੇ ਤੇ ਜੁਗਤੀ ਹੀ ਫਿਰ ਜੀਵਾਂ ਦੀ ਮੁਕਤੀ ਦਾ ਸੁੰਦਰ ਸਾਧਨ ਕਿਸ ਤਰ੍ਹਾਂ ਅਸੀਂ ਬਣਾਉਣ 'ਤੇ ਆ ਜਾਂਦੇ, ਇਹ ਫਿਰ ਸਾਡੇ ਮਨ ਦੇ ਉੱਤੇ ਹੀ ਨਿਰਭਰ ਹੋ ਜਾਂਦਾ ਹੈ। ਇਹ ਮਨ ਅਤਿ ਸੁੰਦਰ ਚੀਜ਼ ਹੈ ਜੇ ਅਸੀਂ ਇਸ ਨੂੰ ਸਮਝਣ ਦੀ ਥੋੜ੍ਹੀ ਜਿਹੀ ਵੀ ਕੋਸ਼ਿਸ਼ ਕਰ ਲਈਏ ਤਾਂ। ਇਹ ਮਨ ਬ੍ਰਹਮ ਦਾ ਅੰਸ਼ ਹੈ, ਇਹ ਕੋਈ ਛੋਟੀ ਮੋਟੀ ਹਸਤੀ ਨਹੀਂ ਕਿ ਅਸੀਂ ਇਸ ਨੂੰ ਕੇਵਲ ਵਿਸ਼ੇ ਭੋਗਾਂ ਵਾਸਤੇ ਹੀ ਸੋਚੀਏ ਕਿ ਅਸੀਂ ਕਾਮ ਵਾਸਨਾ, ਮਨ ਦੀਆਂ ਲਜ਼ਤਾਂ, ਇੰਦਰੀਆਂ ਦੇ ਇਤਨੇ ਚਸਕੇ ਲੈ ਕੇ ਮਨ ਨੂੰ ਤ੍ਰਿਪਤ ਕਰ ਲਵਾਂਗੇ। ਇਸ ਤਰ੍ਹਾਂ ਕਰ ਲੈਣਾ ਅਤਿ ਅਸੰਭਵ ਹੈ, ਇੰਪੋਸੀਬਲ ਹੈ, ਕਿਉਂਕਿ ਮਨ ਬ੍ਰਹਮ ਦਾ ਅੰਸ਼ ਹੈ। ਜਦ ਤੱਕ ਇਸ ਨੂੰ ਇਤਨੀ ਉੱਚੀ ਸੁੱਚੀ ਲੱਜਤ ਦੇਣ ਦੇ ਲਈ ਅਸੀਂ ਚਾਹ ਅੰਦਰ ਪੈਦਾ ਹੀ ਨਹੀਂ ਕਰਾਂਗੇ ਤੇ ਮਨ ਫਿਰ ਕਦੀ ਵੀ ਇੰਦਰੀਆਂ ਨੂੰ ਨਹੀਂ ਛੱਡਦਾ, ਇੰਦਰੀਆਂ ਦੇ ਭੋਗਾਂ ਨੂੰ ਨਹੀਂ ਛੱਡਦਾ। ਪਰ ਬ੍ਰਹਮ ਵੇਤਾ ਇਤਨੀ ਸੁਜਾਗੀ ਇਸ ਮਨ ਨੂੰ ਦੇ ਦਿੰਦੇ ਕਿ ਇਹ ਮਨ ਦੇ ਨਾਲ ਬਹਿਸ ਮਬਾਸੇ ਧਰਮ ਦੇ ਉੱਤੇ ਕਰ ਲੈਣ ਦੇ ਨਾਲ ਜਾਂ ਬਾਹਰ ਤੋਂ ਗੁਰੂਆਂ ਨੂੰ ਪਕੜਨ ਦੀ ਕੋਸ਼ਿਸ਼ ਕਰ ਲੈਣ ਦੇ ਨਾਲ ਇਹ ਮਨ ਮੰਨ ਨਹੀਂ ਸਕਦਾ। ਮਨ ਨੂੰ ਤਾਂ ਸਾਨੂੰ ਉਸ ਬੇਸ਼ਬਦੀ ਮੂਨ ਪਰਬ੍ਰਹਮ ਜੀ ਦੀ ਸੱਤਾ ਦੇ ਨਾਲ ਇਹ ਸੁੰਦਰ ਸਰੀਰ ਸਾਡੇ ਚੱਲਦੇ ਉਸ ਦੀ ਛੋਟੀ ਜਿਹੀ ਨਜ਼ਰ ਦੇ ਵਿੱਚ ਉਤਰ ਜਾਣ ਨਾਲ ਅਸੀਂ ਆਪਣੇ
वजूद नूं सुंदर बनाउण ते आ जावांगे। अरे ये शरीर मन ही क्यों बन गया, मन इस शरीर दी मैं तो कितनी गलतियां दे विच फस के फिर कोई भी मेरा अपना भगवान, अपना कोई इष्ट देवता, कोई पीर फकीर, कोई गुरु, ये भी तो मन दा जे छोटा जिहा दारा इस तरह दी समझ विच आएगा तो कदी भी उस असीम नूं, उस अडोल सत्ता नूं असी अपने हिरदे विच ग्रहण कर नहीं सकांगे। इसलिए सानू इदां दी समझ अख्तियार करन विच आना चाहिदा है कि क्यों ना असी मन दे मूल नूं पछानन विच आ जाइए। अरे मन जिथों मैं बनांदा उह शरीर केवल दिखण दे कारण इस आत्मा दे कपड़े नूं, आत्मा दे खोल नूं ही सिर्फ मैं बनाई जांदा ते कितनी वड्डी इग्नोरेंस दे कारण उह जप तप संजम हठ योग समाधियां जां गुरुआं दे नाल बज के बहुत कुछ करन लई तां रजामंद हो जांदा पर क्यों ना उसदा ध्यान अपने ही सुंदर शरीर नूं धारण करन वाले वल नहीं जांदा। अरे ऐसे ही शरीर दे अंदर अशरीरी ब्रह्म बसदा है जद तक असी इस दे उत्ते मन नूं नहीं लैके जांदे ती फिर मन शरीर दी हस्ती विच मेरा भगवान, मेरा कोई भी इष्ट देवता जां मेरा गुरु उस नूं भी असीम नूं फिर छोटे इदारे विच कर लैंदा। इस करके ये दासी अर्ज करदी है कि असी सिर्फ मन दे मूल नूं पछानण वल आ जाइए। मन दा मूल है ही ब्रह्म, मन दा मूल ब्रह्म है। ये मन उसी ब्रह्म तो विचार उठांदा है लेकिन शरीर दिस जान दे नाल ये मैं तो मेरे दे भाव बनाई जान दे कारण ही दुखी है। जिस तरह ही ये इस सुंदर जुगती नूं पकड़न लई थोड़ा रजामंद हो जांदा है तो मेरे दे भाव छटने शुरू हो जांदे हन। भगवान कदी भी मेरा नहीं है। जी असी कहिए कि राम दी पूजा करके राम मेरा हो गया जां कृष्ण दी पूजा करके जां गुरु नानक दी पूजा करके ओ इष्ट देवता मेरे हो गए। अरे ओ असीम परमात्मा, असीम ब्रह्म कण कण विच कट कट विच वसन वाला मेरे दे विच किस तरह धारण हो सकता है। मैं ही तहां आदि तो ओही अकाल पुरख जिसनूं गुरु नानक देव जी ने फरमाया, उन्होंने सुंदर अकाल पुरख का नाम दिता जिहड़े कि तिन्ना कालां तो परे। मन ही काल है जिसने मन नूं इस तरह दे ख्यालां दे विच कि ये मन मूल तो ख्याल उठाने वाला सत्ता तो विचार उठाता है तो फिर किस दी मैं करके असी सवेर तो रात तक शरीर दियां आसक्तियां विच इहदे ममत्व विच फस के इतना दुखी सुखी हुंदे रहने हां। अरे दुख सुख सारे मन दे परम हन। जद तक असी मन नूं चाकन वल नहीं आवांगे तो कदी भी परमा तो छुटकारा कर नहीं सकांगे। इसलिए सानू मन दे मूल नाल प्यार करना चाहिदा है कि मन दा मूल परमात्मा दे सदके ही जद साडा सुंदर शरीर चल रहा है तो फिर असी अपने इस नर तन नूं, इस देह नूं सफल करना सीख लिए। इदां कदी नहीं हो सकता कि शरीर छुट जान तो बाद इन्हां आत्मावां दा मिलन उस परमात्मा विच हुंदा है। ये बहुत ही वड्डी सृष्टि दे विच इस तरह दे कन्फ्यूज माइंड कंक्लूजन दे हो गए हन। गैर समृतियां सुन सुन के लोकां नूं इतने भरम पै गए हन कि जे असी किसी दा गुरु को मंत्र लैके त्या रहे हाँ तो जरूरी गल है कि असी तां मौत तो बाद परमात्मा विच लीन हो जाना। जद तक जीव ने अपने मन दे भरमां नूं ही नहीं तोड़िया और मन तो प्रगट होण वाले मेरे दे भाव, मेरा चाहे तां संसार लई, धियां पुत्रां लई, कारोबार, ये मकान जायदाद, इतना मन मेरे विच फसिया
फिर मेरे ही गुरु मेरा ही कोई इष्ट देवता पीर फकीर उस दे विच ही लैके सारी वर्तमान जिंदगी नू इस तरह ही गवा दिता तो केड़ा भविष्य सुंदर बन सकता है। इस करके पता चलता है कि मन दे अधीन हो के असी कितनियां विभूतियां लगा के पगवे पहन के धोखा संसार नू देन ते आ जाइए पर कदी भी असी अपने अंदर वाले तो अपनिया करतूतां नू छुपा नहीं सकते। इसलिए जद तक ये मन संसार तो पदवियां लैन दे ले एक जो आशकी बना के बैठा इस मन नू त्याग वृत्ति दे नाल संसार तो परे नहीं लैके जांदे तो कदी भी उस अंतर जामी दे नाल उस अनादी सत्तावान दे नाल कोई दोस्ती कर नहीं सकता। इसलिए सानू सुजागी पकड़नी चाहिदी है और सानू अपने अंतर जामी जिहड़े कि अंतर तो कम करन तो बाद नानक दी बोछार दे दिंदे जां किसे सुंदर कारज करन तो बाद साडी अंतर आत्मा तो एक सुख दी प्रसादी दे दिंदे तो सानू अपने कर्मां तो जागरूक होना पेगा कि असी किस तरह दे कम करदे हां, क्या असी मन दे अधीन हो के कम कर रहे हां जां कि असी मन दी त्याग वृत्ति तो कम कर रहे हां। मन एक इस तरह के छोटे दारियां दे विच रहन दा आदि हो चुका और शरीर सिर्फ दिसन दे कारण अपनी आत्मा दी हस्ती नूं भुल बैठा। अरे यही तां बहुत वड्डी नादानी, इस इग्नोरेंस दे उत्ते ब्रह्म ज्ञानी चोट लगांदे कि असी क्यों सब कुछ करन लई तां तैयार हो जांदे लेकिन अपने अंदर वजूद तो किते गए कर्मां दी जो बोछार मिलदी उन्हां वल असी क्यों जागरूक नहीं हुंदे ते इह क्यों कदी वी दूसरे दे लब्भण नाल लब्भ नहीं सकदा क्योंकि इह क्यों तां हर इक जीव दा अपना है। इस करके पता लगदा है कि इह मन तां सिर्फ शरीर नूं मैं बनांदा और इंद्रियां तों जो जो भी अनुभव इस भौतिक जगत विच प्रभु दे माया दे जगत विच ਇਹ ਜੀਵਾਂ ਨੂੰ ਅਲੱਗ ਅਲੱਗ ਅਨੁਭਵ ਹੁੰਦੇ ਉਹ ਤਾਂ ਇੰਦਰੀਆਂ ਦੇ ਅਨੁਭਵ ਹਨ। ਜਿਸ ਤਰ੍ਹਾਂ ਵੀ ਕੋਈ ਆਪਣੇ ਬਾਹਰ ਤੋਂ ਅਨੁਭਵ ਲੈ ਲੈਂਦਾ ਉਸੇ ਹਿਸਾਬ ਨਾਲ ਇਸ ਪ੍ਰਭੂ ਦੇ ਸੰਸਾਰ ਨੂੰ ਦੇਖਦਾ ਪਰ ਜਦ ਤੱਕ ਅਸੀਂ ਇਸ ਸੰਸਾਰ ਤੋਂ ਅਰਥਾਤ ਇੰਦਰੀਆਂ ਤੋਂ ਆਪਣੇ ਮਨ ਦੀ ਦ੍ਰਿਸ਼ਟੀ ਨੂੰ ਹੀ ਦੂਰ ਨਹੀਂ ਕਰਾਂਗੇ ਤਾਂ ਕਹਿਣਾ ਕਿਤਨਾ ਜ਼ਿਆਦਾ ਮੁਸ਼ਕਿਲ ਹੋ ਜਾਏਗਾ ਕਿ ਕਿਹੜੇ ਅਨੁਭਵਾਂ ਤੋਂ ਅਸੀਂ ਦੂਸਰੇ ਨੂੰ ਉਸ ਰੂਹਾਨੀ ਹੱਕ ਉਸ ਰਬਾਬੀ ਉਸ ਮਜਾਜੀ ਹੱਕ ਦਾ ਦਾਵਾ ਕਰ ਸਕਦੇ। ਅਰੇ ਇਹ ਸਾਡੇ ਜੀਵਾਂ ਦਾ ਇੱਕ ਉਪਲਬਧੀ ਦਾ ਇਹ ਸੁੰਦਰ ਹੱਕ ਹੈ ਕਿ ਅਸੀਂ ਆਪਣੀ ਉਸ ਸਾਧ ਵਸਤੂ ਨੂੰ ਆਤਮਾ ਨੂੰ ਜਿਹਦੇ ਸਦਕੇ ਸਾਡੇ ਵਜੂਦ ਚੱਲਦੇ ਅਸੀਂ ਉਸਨੂੰ ਹਾਸਲ ਕਰਨ 'ਤੇ ਆ ਜਾਈਏ। ਕੋਈ ਇਸ ਤਰ੍ਹਾਂ ਦਾ ਸਮੇਂ ਨਹੀਂ ਹੈ ਕਿ ਅਸੀਂ ਸਰੀਰ ਤੋਂ ਨੱਠ ਸਕਦੇ ਹਾਂ, ਨਹੀਂ, ਇਹ ਤਾਂ ਆਤਮਾ ਦਾ ਸੁੰਦਰ ਕੱਪੜਾ ਹੈ। ਜਿਸ ਤਰ੍ਹਾਂ ਹੀ ਇੱਦਾਂ ਦੇ ਸ਼ਬਦਾਂ ਨਾਲ ਸਾਨੂੰ ਸੁਜਾਗੀ ਆ ਜਾਂਦੀ ਤਾਂ ਸਰੀਰ ਦਾ ਧਰਮ ਅਲੱਗ ਅਤੇ ਸਾਡੀ ਆਤਮਾ ਦਾ ਧਰਮ ਅਲੱਗ ਰੱਖ ਕੇ ਅਸੀਂ ਇਸ ਮਨ ਦੀ ਦੀਵਾਰ ਨੂੰ ਵਿੱਚੋਂ ਤੋੜ ਦਿੰਦੇ। ਮਨ ਦੀ ਦੀਵਾਰ ਨੂੰ ਤੋੜੇ ਤੋਂ ਬਿਨਾਂ ਇਸ ਦੀ ਤਿਆਗ ਵਿਰਤੀ ਤੋਂ ਬਿਨਾਂ ਸਾਡੀ ਹੀ ਆਤਮਾ ਜਿਹੜੀ ਕਿ ਸਰੀਰ ਨੂੰ ਪ੍ਰਕਾਸ਼ ਕਰਦੀ ਇਸ ਸਰੀਰ ਨੂੰ ਰੋਸ਼ਨੀ ਦੇ ਕੇ ਕਿਤੇ ਵੀ ਇੰਦਰੀਆਂ ਦੇ ਵਿੱਚ ਸਾਡੀ ਬੁੱਧੀ ਦੇ ਵਿੱਚ ਮਨ ਦੇ ਵਿੱਚ ਸੁੱਝੀ ਦਿੰਦੀ ਤਾਂ ਕਿਉਂ ਅਸੀਂ ਉਸ ਮੈਂ ਦੇ ਨਾਲ ਉਸ ਸ਼ੁੱਧ ਸਾਡੀ ਹਸਤੀ ਦੇ ਨਾਲ ਉਸ ਚੇਤਨਾ ਦੇ ਨਾਲ ਪਿਆਰ ਨਹੀਂ ਕਰਦੇ। ਕਾਰਨ ਸਿਰਫ ਇਹੀ ਹੈ ਮਨ ਦੇ ਛੋਟੇ ਦਾਰੇ ਹੋ ਜਾਣੇ ਔਰ ਮਨ ਦੇ ਵਿੱਚ ਇਸ ਸੰਸਾਰ ਦੀ ਚਾਹਨਾ ਦਾ ਬਣੇ ਰਹਿਣਾ। ਇਹ ਮਨ ਦੀ ਚਾਹਨਾ ਨੂੰ ਬਦਲੇ ਬਿਨਾਂ ਕਦੀ ਵੀ ਅਸੀਂ ਅੰਦਰ ਆਪਣੇ ਹੀ ਇਸ ਤਰ੍ਹਾਂ ਦੀਆਂ ਆਦਤਾਂ ਜੋ ਕਿ ਇੱਕ ਸੁਭਾਵ ਬਣ ਗਿਆ ਹੈ ਔਰ ਉਸੇ ਸੁਭਾਵ ਨਾਲ ਦੂਸਰਿਆਂ ਨੂੰ ਬਦਲਣਾ ਚਾਹੁੰਦੇ ਹਾਂ ਜਿਸ ਕਰਕੇ ਹੀ ਦੁਖੀ ਅਤੇ ਪਰੇਸ਼ਾਨ ਰਹਿੰਦੇ ਹਾਂ ਪਰ ਜਿਸ
तरह ही अपनी ही ब्रह्म की समझ आ जाती, अपनी आत्मा की समझ आ जाती, तो असी मन की हस्ती की मैनू बड़ी सुजगता दे नाल पिछे करना सीख लेंदे। मैं तो सिर्फ उही एक मैं है, उही एक अकाल पुरख है, सब कुछ मटना मेट हो जान तो बाद भी ओ मैं तो कदी भी नाशवान है नहीं। उस मैनू जानन लई कोई इतनी लंबी चौड़ी कहानी नहीं है कि असी घर बार छड़ दईए तां ही असी उस मैनू जान सकते हैं। अरे उस मैं तो ही मन विचार उठांदा, सूझी लैंदा, ए मन इंद्रियां विच आके किते भी तो प्रभु दी सृष्टि विच सानू भ्रमण करवा दिंदा। जानना कितना सुंदर हो जांदा कि क्यों ना असी अपने इस वजूद नू सुंदर बनाना सीख लीए, अपने इस सुंदर शरीर दे विच अपने उस आत्म देव दा दीदार कर लीए, आत्म सात आत्म ज्योति दे प्रकाश वल नू आ जाइए। अरे मन ने क्यों इतने अंधेरे बना ले, सिर्फ मेरे दे कारण। लेकिन सृष्टि विच देखन विच आम ही तां जीवन नू आ रहा है कि जिस नू मेरा मेरा करके इतने खप रहे हैं, मौत दे एक ही झटके दे नाल सारा ही ऐसे ही प्रभु दे एक मृत्यु लोक दे विच फना हो जांदा है। अरे सिकंदर वर्गा बादशाह जिसने इतने दूर दूर तक हमले करके इतने प्रांतां नू अपने अधीन कर लिया, लेकिन उसनू आखिर दे विच यही लोकां नू सिखाना पिया कि मैं तो जींदे जी इस चीज़ दे उत्ते नहीं उतर सकिया, पर मेरी लाश नू जदों वृत्त घर विच ले जाया जावे, दोनों खाली हत्थां नू बाहर कढ दित्ता जावे, तां कि ये भौतिक जगत, ये माया दा जगत सिख लैन, इदां दी इक सूझी लै लैन जे सिकंदर वर्गा बादशाह जिसने कि हमले करके इतने प्रांतां नू अपने अधीन कर लिया, इतनियां तिजोरियां लुट मार करके भर लिया, उहदे हत्थ दोने खाली है ते किहड़े जीव दे नाल किहड़ी चीज़ नाल जा सकदी है। अरे ये शरीर जिस नू मैं बना रहे हाँ और इस दियां असक्तियां विच सवेर तों रात तक खप खप मर रहे हाँ, यही बेवफा कितना है कि जो असी चाहते हाँ साडी उस तरह की चाहना नू पूरी कर नहीं रहा है। इस करके सुजागी वालू आना ही पेगा कि असी जानिए कि इस शरीर नू चलान वाला कौन है, असी कौन हाँ, किस इस अंधे खूह दे विच फस के, इस प्रभु दे माया जगत विच फस के, मन दे अधीन हो के इतने कंगले ही हुंदे तुरे जा रहे हैं। अरे इतनियां प्रॉपर्टियां बना के, इतना बैंक बैलेंस करके अज दे मनुष्य अपने अंदर चाती मार के देखन कि चेहरे ते एक खुशी दा कणका क्यों नहीं, क्यों इतना सुन्नापन, इतनी उदासी, इतनी बेकरारी हर समय जीवा दे अंदर लगी रहती है। कारण है केवल इस मन नू पछाणन दी समझ दा ना होना, क्योंकि इस मन ने साडी जीव आत्मा नू अपने विशे काम भोगां दे विच इतना अधीन कर लिया है कि ये जीव जो अशरीरी है इस शरीर दे विच अंदर रहन वाला है, अपनी उस शुद्ध मैं नू अपनी हस्ती नू बिल्कुल ही मन दे विच फस के भुल चुका है। इस तों पता लगता है कि अपनी आजादी दे विच आन लई बुलंद इरादियां विच उतरन लई सानू मन दियां करतूतां नू मन दे कार्यां नू देखना ही पेगा कि मन सवेर तो रात तक इत्थे मैं और मेरे विच फसांदा है। अरे इतना कुछ होण दे बावजूद जे असी अपने वर्तमान जीवन दे विच एक खुशी दा कणका लेंदे ही नहीं तो कितना वड्डा सी हटे दा सौदा करते हैं। ये गीता दा ज्ञान कितना सुंदर है, बी प्रेजेंट, वर्तमान विच रहना गीता दा ज्ञान है। गीता कोई इस तरह दा सत शास्त्र नहीं कि असी इसनू पढ़ पढ़ के कुछ
कर सकांगे। नहीं, गीता सिर्फ मनन विच ले आईए, अपने नू प्रैक्टिकल अनुभवां विच उतारन दी कोशिश विच ले आईए, तां देखो ए मन कितना रसमय कितना सुखमय बन सकता है। मन ही तो एक सूजी देने वाला साडा थर्मामीटर है, ये एकदम सानू दस दिंदा कि असी किसां दा विचार अंदर लैके दुखी अते सुखी हो रहे हैं। इस करके सानू इस चीज विच आना ही चाहिदा है कि असी इस मूल धारा विच रहिए, अपनी चेतन शक्ति विच रहिए। असी जड़ नहीं हाँ, शरीर पंज तत्तां दे अलग और साडी चलान वाली अशरीरी चेतन शक्ति अलग है। ये इस तरह अलग है कि जिस तरह की कार दे विच बैठन वाला ड्राइवर हमेशा कार तो अलग ही रहिंदा है, उसनू जिस तरह ही बॉडी तो कम किता पेट्रोल ते उदे स्टॉप ते उदे गियर बॉक्स ते कोई भी क्रिया करता हुआ वो चला रहा गड्डी नू ते चला रहा, पर गड्डी तो अपने आप नू अलग जानदा। इसी ही तरह ये ब्रह्म ज्ञान इतनी सुजागे विच जीव नू बंदा कि दो दे विच एनालाइज करवांदा कि असी हर समय इस तरह दे एक ख्याल विच रहिए कि असी एक ही क्यों हो गए। एक शरीर दे मैं विच आ जाना, एक इस नाम दे लिहाफ विच आके कितना दुख दा कारण बनता है, और उस बेनाम उस अव्यक्त उस अशरीरी दे ख्याल विच आ जाना कितना सुखकारक बन जाता है। ये नाम जो सानू शरीरां तो मिले, ये साढ़े जन्म तो बाद सानू मिले, पर जन्म तो पहला जो शरीर नू धारण करन वाला है वो बेनाम है। उस बेनाम नू उस सत्ता नू उस परम अदृश्य शक्ति नू जानन वालिया ने अपने प्यार नाल अलग अलग नाम तो रख दिते, पर उस आदि सत्ता नू किसी भी लफाजा दे विच कोई बनन वाला है नहीं। उस नू प्यार नाल किसी भी तरह असी पुकार लईए, सुंदर भावां नाल उस नू पुकार लईए, असी अपनी ही अंतर आत्मा दे विच उसका प्रत्यक्ष फल देख लेंगे। ये अंदर फल देने वाला कौन है? साडे कर्मां नू देखण वाला, साडे चीज़ां नू हर तरह की जानकारी रखण वाला साडा ही अंतरजामी है। जद तक असी इनर सोल नू अपने मन दे चुंगल तो जिसनू नाल मैं दे विच लैके आंदे, थोड़ी जी भी अलग करन दी जुक्ति लै लैंदे, मन अपने मूल वल नू जाना शुरू कर लैंदा। रीस दा मूल केवल निर्विचारता है, केवल निर्विचारता है। विचार उठन देने चाहिदे, लेकिन सिर्फ दुख वाले विचारां तों बचन लई सानू उस मूल परमात्मा दा विचार रख लेना चाहिदा कि शरीर ते दुख सुख आ रहा है, पर मैं अशरीरी अपने इस शरीर नूं चलाण वाला हाँ। इस तरह दे विचार दे विच मन नूं परो लैण दे नाल असी इस शरीर दे दुख सुख तों इस दे मान अपमान निंदिया हर्ष शोक विच जो इतने दुखी हो जाते असी उस तों बच सकते हाँ। इस करके प्यारे भगतो सानू सुजागी विच आना ही चाहिदा, असी समझिए कि असी कौन हाँ। असी बहुत वड्डी हस्ती दे मालक हाँ, केवल शरीर पिछले कर्मां दे कारण सानू ये कपड़ा सुंदर प्रभु ने दे दिता। अनंत अनंत यात्रा ये जीव कर रहे हैं, पर वो सुंदर वडभागी घड़ी आ जाती जद असी अपनी पहचान नूं सुणदे। अरे इस मन ने इतनियां पहचानां लै लै के कदी भी तो सुख का सानू साल लैन नहीं दिता, क्यों
ਕਿਉਂਕਿ ਇਹ ਦੂਸਰਿਆਂ ਦੀ ਪਹਿਚਾਣ ਦੇ ਨਾਲ ਅਸੀਂ ਆਪਣੀ ਪਹਿਚਾਣ ਨੂੰ ਭੁੱਲਦੇ ਹਾਂ ਔਰ ਫਿਰ ਦੂਸਰਿਆਂ ਦੇ ਅਧੀਨ ਹੋ ਕੇ ਵੀ ਅਸੀਂ ਜੇ ਆਪਣੇ ਹੀ ਪੈਰਾਂ 'ਤੇ ਖੜ੍ਹੇ ਹੋਣ ਲਈ ਤਿਆਰ ਨਹੀਂ ਹੋਵਾਂਗੇ ਤਾਂ ਕੋਈ ਦੂਸਰਾ ਕਦੀ ਵੀ ਤਾਂ ਸਾਡਾ ਸਾਥੀ ਬਣ ਨਹੀਂ ਸਕੇਗਾ ਸਭੀ ਸਾਥੀ ਸਵਾਰਥੀ ਹਨ ਸਰੀਰਾਂ ਦਾ ਭੁਗਤਾਨ ਤਾਂ ਸਰੀਰਾਂ ਵਿੱਚ ਬੈਠ ਕੇ ਸਰੀਰ ਕਰਨਗੇ ਪਰ ਜਿਹੜਾ ਅੰਦਰ ਅਸ਼ਰੀਰੀ ਹੈ ਇਸ ਸਰੀਰ ਨੂੰ ਚਲਾਉਣ ਵਾਲਾ ਹੈ ਉਹਦੇ ਵਿੱਚ ਉਸ ਸਮ੍ਰਿਤੀ ਵਿੱਚ ਮਨ ਨੂੰ ਲੈ ਕੇ ਆਉਣ ਦੇ ਨਾਲ ਇਹ ਮਨ ਆਪਣੇ ਮੂਲ ਆਤਮ ਜੋਤ ਵੱਲ ਨੂੰ ਚਲਾ ਜਾਂਦਾ ਹੈ ਮਨ ਤੂੰ ਜੋਤ ਸਰੂਪ ਹੈ ਤੂੰ ਆਪਣਾ ਮੂਲ ਪਹਿਚਾਨ ਤਾਂ ਮਨ ਦਾ ਮੂਲ ਸਾਡੀ ਹੀ ਤਾਂ ਜੋਤ ਹੈ ਕਿਆ ਜਦੋਂ ਅਸੀਂ ਦੁਖੀ ਹੁੰਦੇ ਕੋਈ ਦੂਸਰਾ ਸਾਨੂੰ ਦੱਸਦਾ ਜਾਂ ਕਿ ਸਾਨੂੰ ਅੰਦਰ ਤੋਂ ਹੀ ਉਹੀ ਸੋਜੀਵਾਨ ਇਸ਼ਾਰਾ ਦੇ ਜਾਂਦਾ ਕਿ ਤੂੰ ਕਿਉਂ ਇੱਕ ਹੀ ਵਿਚਾਰ ਦੇ ਤਾਨੇ ਬਾਨੇ 'ਚ ਆ ਕੇ ਇਤਨਾ ਟਾਈਮ ਜਿੰਨਾ ਵੀ ਸਵੇਰ ਤੋਂ ਦੁਪਹਿਰ ਤੱਕ ਜਾਂ ਦੁਪਹਿਰ ਤੋਂ ਸ਼ਾਮ ਤੱਕ ਸ਼ਾਮ ਤੋਂ ਰਾਤ ਤੱਕ ਕੋਈ ਵੀ ਇੱਕ ਸ੍ਰਿਸ਼ਟੀ ਦੀ ਖਬਰ ਨੂੰ ਲੈ ਕੇ ਉਸੇ ਉਧੇੜ ਬੁਣ ਵਿੱਚ ਮਨ ਨੂੰ ਫਸਾ ਲੈਂਦੇ ਤਾਂ ਦੇਖੋ ਸਾਰੀਆਂ ਚੀਜ਼ਾਂ ਦੀ ਸੁੱਖ ਸੁਵਿਧਾ ਦੇ ਹੋਣ 'ਤੇ ਵੀ ਅਸੀਂ ਆਪਣੇ ਉਸ ਚੈਨ ਨੂੰ ਬੇਚੈਨੀ ਵਿੱਚ ਕਰ ਲੈਂਦੇ ਇਸ ਕਰਕੇ ਕਿਤਨਾ ਜਾਗਣ ਦੀ ਜ਼ਰੂਰਤ ਹੈ ਕਿ ਅਸੀਂ ਆਪਣੇ ਪੈਰਾਂ 'ਤੇ ਖੜ੍ਹੇ ਹੋਣਾ ਸਿੱਖ ਜਾਈਏ ਇਸ ਕਰਕੇ ਇਹ ਬ੍ਰਹਮ ਗਿਆਨ ਇਹ ਨਿਰਾਕਾਰ ਦਾ ਗਿਆਨ ਉਸ ਅਗਮ ਅਗਾਧ ਅਗਾਧ ਹੈ ਗਹਿਰੇ ਔਰ ਅਗਮ ਗਮਨ ਤੋਂ ਪਰੇ ਸਰੀਰਾਂ ਦੇ ਗਮਨ ਤਾਂ ਵਾਰ ਵਾਰ ਇਸ ਮਿੱਤੂ ਲੋਕ 'ਚ ਹੋਈ ਜਾਂਦੇ ਪਰ ਉਹੀ ਤਾਂ ਸਾਡਾ ਅਨਾਦੀ ਆਤਮ ਉਹੀ ਸਾਡਾ ਮੂਲ ਬ੍ਰਹਮ ਫਿਰ ਵੀ ਤਾਂ ਸਾਡੇ ਨਾਲ ਇਸ ਚੀਜ਼ ਦੇ ਉੱਤੇ ਖਿਆਲ ਸਿਰਫ ਆ ਜਾਣ ਮਾਤਰ ਦੇ ਨਾਲ ਹੀ ਸਾਡਾ ਇਹ ਸਰੀਰ ਅਤਿ ਹੀ ਸੁੰਦਰ ਆਪਣੇ ਆਪ ਹੋਣਾ ਸ਼ੁਰੂ ਹੋ ਜਾਂਦਾ ਵੀ ਅਸੀਂ ਕਿਉਂ ਕਮਜ਼ੋਰ ਹੁੰਦੇ ਜਦੋਂ ਅਸੀਂ ਮਨ ਦੇ ਅਧੀਨ ਹੁੰਦੇ ਪਰ ਜਦੋਂ ਅਸੀਂ ਮਨ ਨੂੰ ਆਤਮਾ ਦੇ ਬੁਲੰਦ ਇੱਕ ਇਰਾਦੇ ਵਿੱਚ ਪਰੋਣ ਦੀ ਯੁਕਤੀ ਲੈਣ ਲੈਂਦੇ ਤਾਂ ਉਹ ਸਾਰੇ ਘਰ ਦੀਆਂ ਪ੍ਰਸਥਿਤੀਆਂ ਦੇ ਵਿੱਚ ਹੁੰਦੇ ਕਿਸੇ ਵੀ ਤਰ੍ਹਾਂ ਦੀਆਂ ਸਮੱਸਿਆਵਾਂ 'ਤੇ ਆਈ ਜਾਣ 'ਤੇ ਵੀ ਕਦੀ ਵੀ ਮਨ ਦੇ ਵਿੱਚ ਉਦਾਸੀ ਨੂੰ ਆਉਣ ਨਹੀਂ ਦਿੰਦੇ ਮਨ ਦੇ ਵਿੱਚ ਖੇੜਾ ਆ ਜਾਏ ਮਨ ਦੇ ਵਿੱਚ ਖੁਸ਼ੀਆਂ ਲੈ ਲਈਏ ਸੁੰਦਰ ਇਸ ਮੁਸਾਫਰੀ ਨੂੰ ਮੁਸਾਫਰੀ ਵੰਗਰ ਜਾਣ ਲਈਏ ਰੀ ਜੀਵਨ ਇੱਕ ਮੁਸਾਫਰੀ ਹੈ ਛੋਟੀ ਜਿਹੀ ਮੁਸਾਫਰੀ ਇੱਕ ਛੋਟਾ ਜਿਹਾ ਪੜਾਵ ਇਹ ਸਾਡਾ ਸਰੀਰ ਹੈ ਪਰ ਆਤਮਾ ਦੀ ਅਨੰਤ ਅਨੰਤ ਯਾਤਰਾ ਹੈ ਕੋਈ ਵੀ ਤਾਂ ਦੁੱਖ ਦਾ ਕਾਰਨ ਹੈ ਨਹੀਂ ਦੁੱਖ ਦਾ ਕਾਰਨ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਅਸੀਂ ਸੁਖੀ ਹੋ ਜਾਈਏ ਸਾਡੀ ਲੰਬੀ ਉਮਰ ਹੋ ਜਾਵੇ ਅਸੀਂ ਕਦੀ ਬਿਮਾਰ ਨਾ ਹੋਈਏ ਦੇਖੋ ਤਾਂ ਸਹੀ ਅਸੀਂ ਕਿੱਦਾਂ ਦੀਆਂ ਨਕਾਰਾਤਮਕ ਛੋਟੇ ਖਿਆਲਾਂ ਦੀਆਂ ਗੱਲਾਂ ਦੇ ਵਿੱਚ ਕਦੀ ਵੀ ਮੂਵਮੈਂਟ ਦਾ ਆਪਣੇ ਪ੍ਰੈਜ਼ੈਂਟ ਦਾ ਸੁੱਖ ਲੈਣ ਵੱਲ ਨਹੀਂ ਆਉਂਦੇ ਕਿਉਂ ਅਗਲਾ ਖਿਆਲ ਲੇਕਿਨ ਜਿਸ ਤਰ੍ਹਾਂ ਹੀ ਮੰਨਣ ਨੂੰ ਸਮਝ ਆ ਜਾਂਦੀ ਕਿ ਦੁੱਖ ਸੁੱਖ ਆਇਆ ਸਿਰਫ ਸਰੀਰ 'ਤੇ ਆਇਆ ਮੈਂ ਤਾਂ ਦੇਖਣ ਵਾਲਾ ਆਪਣੀਆਂ ਯਾਦਾਂ ਨੂੰ ਰੱਖਣ ਵਾਲਾ ਜਿਉਂ ਦਾ ਤਿਉਂ ਅਡੋਲ ਦਾ ਅਡੋਲ ਹੀ ਹਾਂ ਕਿਉਂ ਕਿਉਂਕਿ ਇਹ ਮਨ ਦਾ ਖਿਆਲ ਜਿਸ ਤਰ੍ਹਾਂ ਹੀ ਅਸੀਂ ਪਿੱਛੇ ਕਰ ਦਿੰਦੇ ਤਾਂ ਸਾਡੀ ਉਸ ਸੱਤਾ ਦੇ ਵਿੱਚ ਸਾਡੇ ਉਸ ਅਡੋਲਪਨ ਦੇ ਵਿੱਚ ਕਿੰਚਿਤ ਮਾਤਰ ਲੇਸ਼ ਮਾਤਰ ਵੀ ਫਰਕ ਆ ਨਹੀਂ ਸਕਦਾ ਇਸ ਕਰਕੇ ਸਾਨੂੰ ਇਸ ਤਰ੍ਹਾਂ ਦੀ ਸੁਜਾਗੀ ਵਿੱਚ ਆਉਣਾ ਚਾਹੀਦਾ ਹੈ ਕਿ ਉਸ ਪਰਮਾਤਮਾ ਨੂੰ ਅਸੀਂ ਲੱਭਣ ਵੱਲ ਨੂੰ ਨਾ ਜਾਈਏ ਅਸੀਂ ਸਿਰਫ ਆਪਣੇ ਆਪ ਨੂੰ ਚਾਂਕੀਏ ਕਿ ਅਸੀਂ ਕਿਤਨੇ ਖੁਸ਼ ਰਹਿ ਰਹੇ ਹਾਂ ਅਸੀਂ ਆਪਣੇ ਵਰਤਮਾਨ ਜੀਵਨ ਦਾ ਕਿਤਨਾ ਆਨੰਦ ਲੈ ਰਹੇ ਹਾਂ ਅਰੇ ਜੇ ਅਸੀਂ ਅੱਜ ਵਰਤਮਾਨ ਦਾ ਆਨੰਦ ਲੈ ਰਹੇ ਹਾਂ ਤਾਂ ਸਾਡਾ ਉੱਦਾਂ ਦਾ ਹੀ ਤਾਂ ਫਿਊਚਰ ਬਣ ਜਾਏਗਾ ਸਾਡਾ ਭਵਿੱਖ ਵੀ ਤਾਂ ਉੱਦਾਂ ਦਾ ਹੀ ਹੋ ਜਾਏਗਾ ਪਰ ਜੇ ਅਸੀਂ ਅੱਜ ਦਾ ਦਿਨ ਤਾਂ ਹੋਰ ਤਰ੍ਹਾਂ ਦੀਆਂ ਸੋਚਾਂ ਦੇ ਵਿੱਚ ਖਰਾਬ ਕਰ ਰਹੇ ਹਾਂ ਦੁਖੀ ਹੋ ਰਹੇ ਹਾਂ ਤਾਂ ਕੱਲ੍ਹ ਦੇ ਅਸ ਕਿਉਂ ਲਾ ਕੇ ਬੈਠਦੇ ਹਾਂ ਕਿਉਂਕਿ ਇਹ ਸਾਡੇ ਪ੍ਰਾਣ ਸਾਡੇ ਬਸ ਵਿੱਚ ਹੈ ਨਹੀਂ ਤਾਂ ਕਰਕੇ ਸਾਨੂੰ ਪ੍ਰਾਣੀਆਂ ਨੂੰ ਸਮਝ ਲੈਣੀ ਚਾਹੀਦੀ ਹੈ
ਕਿਸ ਸ਼ਰੀਰ ਦੇ ਖੋਲ ਨੂੰ ਅਸੀਂ ਕਿਸ ਨੂੰ ਮੈਂ ਕਹਿੰਦੇ ਹਾਂ, ਅਰੇ ਕਿਸ ਸ਼ਰੀਰ ਦੇ ਅੰਗ ਨੂੰ ਅਸੀਂ ਮੈਂ ਬਣਾ ਲੈਂਦੇ ਹਾਂ, ਕਿਹੜੇ ਹੱਥ ਨੂੰ ਪਾ ਪੈਰ ਨੂੰ ਜਾਂ ਸਿਰ ਦੇ ਵਾਲਾਂ ਨੂੰ ਜਾਂ ਪੇਟ ਨੂੰ ਜਾਂ ਲੱਤਾਂ ਬਾਹਾਂ ਨੂੰ ਕਿਸ ਨੂੰ ਅਸੀਂ ਮੈਂ ਕਹਿੰਦੇ, ਅਰੇ ਇਹ ਸਰੀਰ ਦੇ ਅੰਗ ਤਾਂ ਅਲੱਗ ਹਨ ਔਰ ਮੈਂ ਜਾਣਨ ਵਾਲਾ ਜਿੱਥੋਂ ਅਸੀਂ ਆਵਾਜ਼ ਲੈਂਦੇ ਹਾਂ ਜਿੱਥੋਂ ਅਸੀਂ ਵਿਚਾਰ ਉਠਾਉਂਦੇ ਹਾਂ ਉਹ ਮੈਂ ਸਰੀਰ ਮੇਰਾ ਇਸਦੇ ਅੰਗਾਂ ਨੂੰ ਜਾਣਨ ਵਾਲਾ ਅਲੱਗ ਹੀ ਅਲੱਗ ਰਹਿ ਜਾਂਦਾ ਹੈ। ਇਸ ਮੈਂ ਔਰ ਮੇਰੇ ਦੇ ਇਹਨਾਂ ਲਾਈਜ਼ ਵਿੱਚ ਆ ਜਾਣ ਦੇ ਨਾਲ ਇਹ ਮਨ ਬਹੁਤ ਹੀ ਜਲਦੀ ਸਥਿਰ ਹੋਣਾ ਸ਼ੁਰੂ ਹੋ ਜਾਂਦਾ ਹੈ। ਮਨ ਕਿਉਂ ਸਾਡਾ ਹੋਰ ਤਰ੍ਹਾਂ ਹੋ ਜਾਂਦਾ ਹੈ? ਸਿਰਫ ਅਸੀਂ ਸੰਸਾਰ ਦਾ ਸਿਮਰਨ ਕਰਦੇ ਰਹਿੰਦੇ ਹਾਂ, ਸੰਸਾਰ ਦੀਆਂ ਖਬਰਾਂ, ਇਹਦੀਆਂ ਗੈਰ ਸਮ੍ਰਿਤੀਆਂ ਜਿਹੜੀਆਂ ਬੇਫਜ਼ੂਲ ਦੀਆਂ ਲੋਕਾਂ ਤੋਂ ਸੁਣਦੇ ਹਾਂ, ਉਹੀ ਸਾਰਾ ਆਪਣੇ ਅੰਤਰ ਮਨ ਦੇ ਵਿੱਚ ਭਰਦੇ ਰਹਿਣ ਦੇ ਕਾਰਨ ਅਸੀਂ ਉਤਨਾ ਸੱਚ ਦੇਖਦੇ ਹਾਂ ਕਿ ਰਾਤ ਦੇ ਸੁਪਨੇ ਦੇ ਵਿੱਚ ਵੀ ਉਹੀ ਦਿਨ ਦੇ ਨਕਸ਼ੇ ਇਹ ਮਨ ਦਿਖਾ ਦਿੰਦਾ ਹੈ। ਦੇਖੋ ਫਿਰ ਵੀ ਸਾਨੂੰ ਪਤਾ ਲੱਗਦਾ ਹੈ ਕਿ ਮਨ ਕਿਤਨੀ ਵੱਡੀ ਹਸਤੀ ਹੈ, ਕਿਤਨੀ ਵੱਡੀ ਸ਼ਕਤੀ ਹੈ, ਤਾਂ ਕਿਉਂ ਅਸੀਂ ਬਾਹਰਲੇ ਸੰਸਾਰ ਦੇ ਵਿੱਚ ਇਸਨੂੰ ਰੱਖ ਕੇ ਆਪਣੀ ਇਸ ਸ਼ਕਤੀ ਦਾ ਹਰਾਸ ਕਰ ਰਹੇ ਹਾਂ? ਸਾਨੂੰ ਸਮਝ ਲੈਣੀ ਚਾਹੀਦੀ ਹੈ ਕਿ ਇਹ ਸੰਸਾਰ, ਇਹ ਜਿਹੜੀਆਂ ਬਾਹਰਲੀਆਂ ਅੱਖਾਂ ਦਿਖਾਉਂਦੀਆਂ, ਇਹ ਸੱਚ ਨਹੀਂ ਹੈ। ਸੱਚ ਨਹੀਂ ਹੈ, ਸੱਚ ਕੀ ਹੈ? ਸੱਚ ਕੇਵਲ ਆਦ ਤੋਂ ਉਹੀ ਇੱਕ ਬ੍ਰਹਮ ਸੱਤ ਹੈ, ਜਿਸਨੂੰ ਗੁਰੂ ਨਾਨਕ ਦੇਵ ਜੀ ਨੇ ਕਿਹਾ, ਆਦ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੁਸੀ ਵੀ ਸੱਚ। ਜਿਹੜਾ ਕਿ ਆਦ ਤੋਂ ਹੀ ਸੱਤ ਹੈ, ਉਹ ਹੁਣ ਵੀ ਸੱਤ ਸਾਡੇ ਨਾਲ ਹੈ, ਔਰ ਮਿੱਤੂ ਤੋਂ ਬਾਅਦ ਵੀ ਉਹ ਸੱਤ ਸਾਡੇ ਨਾਲ ਹੀ ਚਲਾ ਜਾਣਾ ਹੈ। ਪਰ ਇਹ ਮਨ ਵਾਸਨਾ ਦਾ ਸ਼ਿਕਾਰ ਹੋ ਜਾਣ ਦੇ ਨਾਲ, ਦੇਖੋ ਬੁੱਧੀ ਆਪਣੇ ਸਰੀਰ ਦੇ ਪ੍ਰਤੀ ਹੀ ਨਿਰਣਿਆਂ ਦੇ ਵਿੱਚ ਬੈਠੀ ਰਹਿੰਦੀ ਹੈ, ਕਦੀ ਵੀ ਉਸ ਬੁੱਧੀ ਦਾਤਾ ਦੀ ਖੋਜ ਵੱਲ ਨਾ ਜਾਣ ਦੇ ਕਾਰਨ। ਦੇਖੋ ਇਹ ਬੁੱਧੀ ਤਾਂ ਅੱਜ ਕਿਸ ਦੇ ਕੋਲ ਨਹੀਂ, ਅਰੇ ਬੁੱਧੀ ਤਾਂ ਮੱਛਰ ਦੇ ਕੋਲ ਵੀ ਹੈ, ਕੀਟ ਪਤੰਗ ਦੇ ਕੋਲ ਵੀ ਹੈ। ਤਾਂ ਜੇ ਸਾਡੇ ਜੀਵਾਂ ਕੋਲ ਵੀ ਪਰਮਾਤਮਾ ਨੇ ਇਤਨਾ ਸੁੰਦਰ ਮਨ ਬੁੱਧੀ ਦਿੱਤਾ, ਅਸੀਂ ਸਹੀ ਇਸਤੇਮਾਲ ਉਹਨਾਂ ਦਾ ਨਾ ਕੀਤਾ, ਤੇ ਇਸ ਨਰ ਦੇਹ ਦਾ ਕੋਈ ਵੀ ਤਲਾਬ ਨਾ ਉਠਾਇਆ। ਇਸ ਨੂੰ ਸੰਤਾਂ ਨੇ ਨਰ ਨਰੈਣੀ ਦੇ ਕਿਹਾ ਹੈ, ਇਸਦੇ ਅੰਦਰ ਨਾਰਾਇਣ ਦਾ ਵਾਸ ਹੈ, ਉਸ ਬ੍ਰਹਮ ਦਾ ਵਾਸ ਹੈ, ਉਸ ਚੇਤਨ ਚੇਤਨਾ ਨੂੰ ਧਾਰਨ ਕਰਨ ਵਾਲਾ, ਜਿਹੜਾ ਕਿ ਚੇਤਨਾ ਤੋਂ ਹੀ ਸਭ ਕੁਛ ਕਰਦੇ, ਆਪਣੀਆਂ ਸਮ੍ਰਿਤੀਆਂ, ਆਪਣੀਆਂ ਯਾਦਾਂ ਬਚਪਨ ਤੋਂ ਬੁਢਾਪੇ ਤੱਕ ਦੀਆਂ ਅਸੀਂ ਆਪ ਹੀ ਆਪਣੇ ਅੰਦਰ ਰੱਖਦੇ, ਤਾਂ ਕਿਤਨੀ ਜਲਦੀ ਇਸ ਸੁਜਾਗੀ ਨੂੰ ਜਿਹੜਾ ਪਕੜ ਲਏਗਾ, ਉਹ ਕਦੀ ਵੀ ਸਰੀਰ ਦੀ ਮੈਲ ਦੇ ਵਿੱਚ ਦੁਖੀ ਸੁਖੀ ਨਹੀਂ ਹੋਵੇਗਾ। ਅਰੇ ਸਰੀਰ ਬੋਲਣ ਦੇ ਵਿੱਚ ਮੈਂ ਆਏਗਾ, ਨਾਮ ਰੂਪ ਜਗਤ ਦੀ ਪਹਿਚਾਣ ਵਿੱਚ ਆਣਗੇ, ਬੜੇ ਬੁਲੰਦ ਹੋ ਕੇ, ਬੜੇ ਹੁਸ਼ਿਆਰ ਹੋ ਕੇ ਇਸ ਸ੍ਰਿਸ਼ਟੀ ਦੇ ਵਿੱਚ ਗਮਨ ਕਰਦੇ ਹੋਏ ਅਸੀਂ ਆਪਣੇ ਉਸੇ ਹੀ ਗਮਨ ਤੋਂ ਪਰੇ ਅਗਮ, ਗਮਨ ਤੋਂ ਪਰੇ ਅਗਾਧ, ਅਥਾਹ ਸਮੁੰਦਰ ਤੋਂ ਵੀ ਗਹਿਰੇ ਉਸੇ ਹੀ ਆਪਣੀ ਆਤਮਾ ਵੱਲ ਨੂੰ ਖਿੱਚੇ ਹੀ ਚਲੇ ਜਾਵਾਂਗੇ। ਕਦੀ ਵੀ ਸਾਨੂੰ ਸਰੀਰ ਤੋਂ ਤੰਗ ਨਹੀਂ ਹੋਣਾ ਚਾਹੀਦਾ ਕਿ ਸਰੀਰ ਦੇ ਉੱਤੇ ਇਤਨੀਆਂ ਲਾਚਾਰੀਆਂ, ਇਤਨੀਆਂ ਹੋਰ ਤਰ੍ਹਾਂ ਦੀਆਂ ਪ੍ਰਸਥਿਤੀਆਂ ਆ ਜਾਣ ਦੇ ਨਾਲ ਅਸੀਂ ਆਪਣੇ ਆਪ ਨੂੰ ਦੋਸ਼ੀ ਹੀ ਠਹਿਰਾਉਂਦੇ ਜਾਈਏ ਜਾਂ ਆਪਣੇ ਆਪ ਨੂੰ ਪਾਪੀ ਠਹਿਰਾਉਂਦੇ ਜਾਈਏ ਕਿ ਅਸੀਂ ਬਹੁਤ ਪਾਪੀ ਹਾਂ, ਇਸ ਕਰਕੇ ਹੀ ਸਰੀਰ ਦੇ ਉੱਤੇ ਲਾਚਾਰੀਆਂ ਆ ਰਹੀਆਂ ਹਨ। ਅਰੇ ਇੱਦਾਂ ਦੇ ਦੁੰਦਾਂ ਵਿੱਚ ਫਸੇ ਹੋਏ ਮੰਨਣ ਨੂੰ ਕੇਵਲ ਬ੍ਰਹਮ ਗਿਆਨ ਦੀ ਸੂਝੀ ਨਾਲ ਹੀ ਪਰੇ ਕੀਤਾ ਜਾ ਸਕਦਾ, ਨਹੀਂ ਤਾਂ ਅੱਜ ਦੇਖੋ ਮੰਦਰਾਂ ਗੁਰਦੁਆਰਿਆਂ ਦੇ ਵਿੱਚ ਇਤਨੀਆਂ ਲੰਬੀਆਂ ਕਤਾਰਾਂ ਲੱਗੀਆਂ ਕਿ ਪੁੰਨਾ ਨੂੰ ਕਰਕੇ ਸ਼ਾਇਦ ਅਸੀਂ ਸਵਰਗ ਵਾਸੀ ਬਣ ਜਾਵਾਂਗੇ। ਅਰੇ ਕਿਤਨੇ ਗਲਤ ਭਰਮਾਂ ਵਿੱਚ ਫਸੇ ਹੋਏ ਜੀਵ ਕਦੀ ਆਪਣੇ ਅੰਦਰ ਚਾਤੀ ਮਾਰਨ ਵੱਲ ਨੂੰ ਰਜ਼ਾਮੰਦ ਨਹੀਂ ਹੁੰਦੇ ਕਿ ਅਸੀਂ ਇਤਨੀ ਵੱਡੀ ਹਸਤੀ ਦੇ ਮਾਲਕ ਹੋ ਕੇ ਕਿਉਂ ਕੰਗਲਿਆਂ ਵਾਂਗਰ
ਭਿਖਾਰੀਆਂ ਵਾਂਗਰ ਕਦੀ ਤਾਂ ਸੰਸਾਰੀ ਰਿਸ਼ਤੇ ਨਾਤਿਆਂ ਕੋ ਮੰਗ ਰਹੇ ਹਾਂ ਤੇ ਕਦੀ ਮੰਦਰ ਗੁਰਦੁਆਰਿਆਂ ਦੀਆਂ ਕਤਾਰਾਂ ਚ ਖੜੇ ਉਸ ਰੱਬ ਕੋਲੋਂ ਮੰਗ ਰਹੇ ਹਾਂ। ਅਰੇ ਕਿਆ ਉਹ ਅੰਤਰ ਜਾਮੀ ਅੰਧਾ ਹੋ ਗਿਆ ਜਿਸ ਨੂੰ ਪਰਮਾਤਮਾ ਪਰਮਾਤਮਾ ਦਾ ਹੁੱਕਾ ਇਹ ਸੰਸਾਰੀ ਦਿੰਦੇ। ਕਦੀ ਵੀ ਤਾਂ ਅਸੀਂ ਝਾਕਣ ਤੇ ਆਈਏ ਕਿ ਉਹ ਪਰਮਾਤਮਾ ਦਾ ਕੁਛ ਨਹੀਂ ਕਰਦਾ, ਜਦ ਅਸੀਂ ਖੁਦ ਹੀ ਆਪ ਇਤਨੇ ਆਲਸੀ ਇਤਨੇ ਜਾਹਿਲ ਕਾਹਿਲ ਬਣ ਰਹੇ ਹਾਂ। ਕਿਸੇ ਵੀ ਤਰ੍ਹਾਂ ਦੀ ਸੂਝ ਬੂਝ ਤੇ ਆਉਣ ਨੂੰ ਰਜਾਮੰਦ ਨਹੀਂ ਹੋ ਰਹੇ ਹਾਂ ਤੇ ਕਿਸ ਤਰ੍ਹਾਂ ਦੇ ਪਰਮਾਤਮਾ ਦੇ ਖੋਜ ਵਿੱਚ ਜਾਂ ਪਰਮਾਤਮਾ ਦੇ ਬੱਚੇ ਹਾਂ ਅਸੀਂ ਕਹਾਣ ਲਈ ਵੀ ਤੁਸੀਂ ਇਸ ਤਰ੍ਹਾਂ ਦੀ ਇੱਕ ਚੀਜ਼ ਅੰਦਰ ਰੱਖ ਸਕੋਗੇ। ਅਸੀਂ ਕਹੀਏ ਕਿ ਅਸੀਂ ਤਾਂ ਪਰਮਾਤਮਾ ਨੂੰ ਮੰਨਦੇ ਹਾਂ, ਜੇ ਅਸੀਂ ਪਰਮਾਤਮਾ ਨੂੰ ਮੰਨਦੇ ਹਾਂ ਤਾਂ ਉਸ ਪਰਮਾਤਮਾ ਦੇ ਗੁਣ ਫਿਰ ਸਾਡੇ ਵਿੱਚ ਕਿਉਂ ਆ ਨਹੀਂ ਰਹੇ? ਜਦ ਤੱਕ ਇਹਨਾਂ ਗੱਲਾਂ ਦੀ ਸੂਝੀ ਅਸੀਂ ਲੈਣ 'ਤੇ ਹੀ ਨਹੀਂ ਆਵਾਂਗੇ ਤਾਂ ਕਹਿਣਾ ਬਹੁਤ ਮੁਸ਼ਕਿਲ ਹੈ ਕਿ ਕੋਈ ਵੀ ਪਰਮਾਤਮ ਪ੍ਰੇਮ ਨੂੰ ਉਸ ਆਤਮ ਪ੍ਰੇਮ ਨੂੰ ਅੰਦਰ ਤੋਂ ਧਾਰਨ ਕਰ ਸਕੇਗਾ, ਕਿਉਂਕਿ ਇਹ ਮਨ ਇਤਨਾ ਬਾਹਰ ਮੁਖੀ ਹੋ ਗਿਆ ਹੈ, ਇਤਨਾ ਪਰਮਾਂ ਵਿੱਚ ਫਸ ਕੇ ਦੂਸਰਿਆਂ ਨੂੰ ਉਪਾਧੀਆਂ ਦੇਣ 'ਤੇ ਦੂਸਰਿਆਂ ਨੂੰ ਉੱਚਾ ਚੱਕਣ 'ਤੇ ਲੱਗ ਗਿਆ। ਚਾਹੇ ਕੋਈ ਗੁਰੂ ਹੈ, ਚਾਹੇ ਕੋਈ ਇਸ਼ਟ ਦੇਵਤਾ, ਕੋਈ ਪੀਰ ਫਕੀਰ, ਉਹਨਾਂ ਦੇ ਅੱਗੇ ਹੀ ਮੱਥੇ ਸਜਦੇ ਕਰਨ 'ਤੇ ਲੱਗ ਗਿਆ ਤਾਂ ਕਿਆ ਉਹ ਆਪਣੇ ਅੰਦਰ ਝੁਕਣਾ ਭੁੱਲ ਗਿਆ? ਅੰਤਰ ਆਤਮ ਜੇ ਮਿਲੇ ਤਾਂ ਮਿਲਿਆ ਕਹੀਏ ਸੋਏ। ਜਦ ਤੱਕ ਅਸੀਂ ਆਪਣੀ ਅੰਤਰ ਆਤਮਾ ਨੂੰ ਚਕਚੋੜ ਕਰਨ 'ਤੇ ਨਹੀਂ ਆਵਾਂਗੇ, ਕਦੀ ਕੋਈ ਇਸ ਤਰ੍ਹਾਂ ਨਾ ਸੋਚੇ ਕਿ ਉਹ ਬਾਹਰ ਮਨ ਦੇ ਹੁਲਾਰਿਆਂ ਦੇ ਵਿੱਚ, ਮਨ ਦੀਆਂ ਕਰਤੂਤਾਂ ਦੇ ਵਿੱਚ ਕਿਸੇ ਨੂੰ ਰਿਝਾ ਕੇ ਆਪ ਰਿਝ ਜਾਏਗਾ। ਪਰ ਜੇ ਅਸੀਂ ਮਨ ਨੂੰ ਆਪਣੀ ਇਸ ਆਤਮਾ ਦੇ ਪਿੱਛੇ ਲਗਾ ਲਿਆ, ਇਹ ਮਨ ਨੇ ਸਿੱਧੇ ਹੀ ਆਪਣੀ ਆਤਮ ਜੋਤੀ ਦੇ ਦੀਦਾਰ ਵਿੱਚ ਚਲੇ ਜਾਣਾ ਹੈ। ਇਹ ਸਾਡਾ ਮੂਲ ਸਥਾਨ ਹੈ। ਮੂਲ ਤੋਂ ਇਹ ਮਨ ਬਹੁਤ ਜਨਮਾਂ ਤੋਂ ਵਿਛੜ ਕੇ ਆਪਣੇ ਹੀ ਮੂਲ ਸ਼ੂਨੇ ਸਥਾਨ ਨੂੰ ਲੱਭ ਰਿਹਾ ਹੈ। ਅਸੀਂ ਕਦੀ ਵੀ ਦੇਖੀਏ ਕਿ ਇਹ ਮਨ ਜਦੋਂ ਹੀ ਹਗਾਮਿਆਂ ਵਿੱਚ, ਪਾਰਟੀਆਂ 'ਚ ਬੈਠ ਕੇ ਐਸ਼ੋ ਆਰਾਮ ਦੇ ਜੋ ਵੀ ਸਮਾਨ ਮਿਲਦਾ ਉੱਥੋਂ ਜ਼ਰਾ ਕੁ ਵੀ ਇਹਨੂੰ ਇਕੱਲੇ ਬੈਠ ਕੇ ਆਪਣੇ ਇਕਾਂਤ ਵਿੱਚ ਆਉਣਾ ਪੈਂਦਾ, ਕਿਸ ਤਰ੍ਹਾਂ ਇਸਨੂੰ ਉਦਾਸੀ ਪੈਂਦਾ, ਅਹਿਸਾਸ ਹੁੰਦਾ। ਇਹ ਇਸਦਾ ਬ੍ਰਹਮ ਸੁਭਾਵ ਹੈ, ਕਿਉਂਕਿ ਬ੍ਰਹਮ ਹੀ ਸ਼ੂਨੇ ਹੈ, ਬ੍ਰਹਮ ਹੀ ਖਾਲੀ ਹੈ, ਬ੍ਰਹਮ ਹੀ ਮੂਨ ਹੈ। ਇਸ ਕਰਕੇ ਕਿਉਂਕਿ ਅਸੀਂ ਮਨ ਨੂੰ ਇਤਨੀਆਂ ਲਜ਼ਤਾਂ ਬਾਹਰ ਦੀਆਂ ਦੇ ਦਿੱਤੀਆਂ, ਪਰ ਫਿਰ ਵੀ ਇਹ ਇੱਕ ਖਾਲੀਪਣ ਦਾ ਅਹਿਸਾਸ ਭੁੱਲਿਆ ਨਹੀਂ, ਕਿਉਂਕਿ ਬਹੁਤ ਵੱਡੀ ਸ਼ਕਤੀ ਹੈ, ਬ੍ਰਹਮ ਦਾ ਅੰਸ਼ ਹੈ। ਕਿਸ ਤਰ੍ਹਾਂ ਇਹ ਆਪਣੇ ਬ੍ਰਹਮ ਨੂੰ ਭੁੱਲ ਜਾਵੇ? ਤਾਂ ਕਰਕੇ ਦੇਖੋ ਕਿਤਨੀ ਸੁਜਾਗੀ ਦੀ ਜ਼ਰੂਰਤ ਹੈ ਕਿ ਜਦ ਮਨ ਦਾ ਇਹ ਸੁਭਾਵ ਹੈ, ਇਹ ਇੱਕਦਮ ਹੀ ਸਾਨੂੰ ਇਕਾਂਤ ਦਾ ਅਨੁਭਵ ਕਰਾਉਂਦਾ ਹੈ, ਉਦਾਸੀਪਨ ਦਾ, ਇਕਾਕੀਪਨ ਦਾ। ਤਾਂ ਕਿਉਂ ਨਾ ਅਸੀਂ ਇਸ ਨੂੰ ਸਾਰਿਆਂ ਦੇ ਵਿੱਚ ਵੀ ਬੈਠਦੇ ਹੋਏ ਆਪਣੇ ਹੀ ਅੰਦਰ ਦੇ ਸ਼ੂਨਿਆਤਾ ਵੱਲ ਲੈ ਆਈਏ, ਇਹਨੂੰ ਵਿਚਾਰਾਂ ਤੋਂ ਪਰੇ ਲੈ ਆਈਏ। ਪਰੇ ਮਨ ਕਦੀ ਐਕਸਿਆਂ 'ਚ ਨਹੀਂ ਆਉਂਦਾ, ਪਤਾ ਲੱਗਦਾ ਹੈ ਕਿ ਮਨ ਹੈ ਨਹੀਂ। ਮਾਇੰਡ ਇਜ਼ ਓਨਲੀ ਥੋਟਸ, ਮਨ ਕੇਵਲ ਵਿਚਾਰ ਹੈ, ਹੋਰ ਮਨ ਕੁਛ ਵੀ ਨਹੀਂ। ਤਾਂ ਕਰਕੇ ਸਾਨੂੰ ਇਹ ਸਮਝ 'ਚ ਆਉਣਾ ਚਾਹੀਦਾ ਹੈ ਕਿ ਇਹ ਬ੍ਰਹਮ ਗਿਆਨ ਦੀ ਮੂਲ ਧਾਰਾ ਦੇ ਵਿਚਾਰ ਕਿਸ ਤਰ੍ਹਾਂ ਮਨ 'ਤੇ ਸੱਟ ਲਗਾਉਂਦੇ ਹਨ, ਅਤੇ ਮਨ ਜਿਹੜਾ ਸਰੀਰ ਨੂੰ ਮੈਂ ਬਣਾ ਰਿਹਾ ਹੈ, ਇਸ ਦੇ ਮਹੱਤਵ ਨੂੰ, ਇਸ ਦੀਆਂ ਸ਼ਕਤੀਆਂ ਨੂੰ, ਇਸ ਦੀਆਂ ਇੱਛਾ ਵਾਸਨਾ ਨੂੰ ਫਲੈਟ ਕਰ ਰਹੀ ਹੈ। ਅਰੇ ਇਹ ਮੂਲ ਗਿਆਨ ਦੀ ਤਾਰਾ ਹੀ ਤਾਂ ਸਾਡੀ ਸੁੱਖ ਦੀ ਤਾਰਾ ਹੈ, ਆਨੰਦ ਦੀ ਤਾਰਾ ਹੈ। ਇਹ ਕੋਈ ਬਾਹਰ ਤੋਂ ਨਹੀਂ ਮਿਲ ਸਕਦੀ, ਅੰਦਰ ਤੋਂ। ਇਸ ਕਰਕੇ ਅੰਤਰ ਮੁਖੀ ਸਦਾ ਸੁਖੀ, ਬਾਹਰ ਮੁਖੀ ਸਦਾ ਹੀ ਦੁਖੀ। ਜੇ ਮਨ ਦੀ ਦੌੜ ਬਾਹਰ ਵਿਸ਼ਿਆਂ ਦੇ ਵਿੱਚ ਹੀ ਅਸੀਂ ਰੱਖਾਂਗੇ ਤਾਂ ਮਨ ਕਦੀ ਵੀ ਉਹਨਾਂ ਸੁੱਖਾਂ ਨੂੰ ਛੱਡਣ 'ਤੇ ਨਹੀਂ ਆਏਗਾ। ਪਰ ਜਿਸ ਤਰ੍ਹਾਂ ਮਨ ਨੂੰ ਬ੍ਰਹਮ ਦਾ ਵਿਚਾਰ ਵੀ ਦਿੰਦੇ ਹਾਂ, ਇਸ ਨੂੰ ਆਤਮਾ ਵਿੱਚ ਬੰਨ ਲੈਂਦੇ ਹਾਂ, ਤਾਂ ਮਨ ਆਪਣੇ ਆਪ ਅੰਦਰ ਦੇ ਪੜੇ ਸ਼ਬਦ ਦੀ ਖੋਜ ਵਿੱਚ ਲੱਗ ਜਾਂਦਾ ਹੈ। ਇਹ ਪਹਿਲਾਂ ਹੀ ਦਾਸੀ ਨੇ ਫਰਮਾਇਆ ਹੈ ਕਿ ਜਿਸ ਅਕਾਲ ਪੁਰਖ ਦਾ ਨਾਮ
गुरु नानक देव जी ने दर्शाया, अकाल पुरख का नाम दस्या, इन्ना कालां तो परे। ओ शब्द की खोज है, बहरले शब्दां नूं तां अज दे विच सारे ही त्यारे, सारे ही राम राम वाहे गुरु, कोई अल्ला अल्ला, कोई कृष्ण तशाम दा नाम लैके रजांदे, उसनू मनांदे। पर इन्हां बहरले नामां दे नाल उस ओंकार नूं, उस अकाल पुरख नूं, उस अल्ला नूं, उस अनादी तो है पन नूं नहीं जानिया जा सकता। इसलिए सानू बाहर दे नामां दे नाल जिस तरह ही असी जुड़ते हाँ, सानू अंदर अनादी दे शब्द नाल अपनी सुरत नूं जोड़ना पवेगा। जद तक सुरत अंदर लिपड़े शब्द दे नाल भिजदी नहीं, यही चेतन नहीं होंदी, यह रूप कदी मन नूं नहीं छड़दी। तां करके इस चीज़ नूं ही समझ लेना है कि किस तरह असी मन तो अपनी इस रूह नूं, अपनी इस चेतन शक्ति नूं अलग ही रख लीए, क्योंकि मन शरीर दे विच आके जदों मैं बनाएगा, जड़ता दा पास होएगा, दुखां सुखां दा पास होएगा। पर जिस तरह ही चेतना दी स्मृति है, शरीर तो परे दृष्टि है, तो है ही सुख, है ही आनंद, तो शरीर दा मैंपना खत्म। इस करके इस समझ नूं लवांगे कि असी मैं तो भी जे भगती करते हाँ एक बन के कुछ, कि असी अपने किसी इष्ट देवता नूं, गुरु नूं रिझा रहे हाँ, पर मन दी मैं पनप ही रही है, हंकार होर ही गहरा बनता ही जा रहा है। तो कदी भी अंदरले शब्द दा जिहड़ा कि किसी ने नहीं पैदा किया, साडा जीवन दा सत्सिद्ध अधिकार है, ये शब्द साडे लई अनादी तो अकाल पुरख ने रखिया होया है। इहदे विच तो कोई गिला शिकवा है नहीं कि सानू किसी तो इस शब्द की प्राप्ति होनी है, नहीं, ये किसी गुरु नानक देव जी ने, राम ने, कृष्ण ने, या किसी पीर फकीर ने पैदा नहीं किया है। ये अनादी तो शब्द है, जीव दा शरीर धारण करन तो पहला अनादी दा शब्द अंदर टुंकारा दे रहा है। 24 घंटे उस शब्द दियां टुंकारा चल रही ने, पर ये मन विषयां दा शिकार हो जान दे कारण और केवल शरीर के दिसन दे कारण उस अपनी अदृश्य महान शक्ति तो वंजा ही वंजा हो गया है। अरे खालीपन, उदासपन इस मन दा धर्म है नहीं। तां करके मन नूं मूल दा ख्याल देना है। अरे मन कितनी वड्डी हस्ती है, कितों विचारां दी तनिखान आ रही है। असी कदी तां गहरा चांकीए कि ओह किहड़ी इदां दी पटारी है जिथों कि इतना कुछ बनदा ही जा रहा है। अरे सृष्टि विच विचरण करदे होए जो कुछ अंदर ग्रहण कर रहे हैं, फिर सपने दी दुनिया दे विच इतना कुछ मन बना लैंदा है। अक्सर कदी तां ख्याल उठाइए कि मन तां सिर्फ हवा दा इक चौंका, एक विचार खत्म होया इसने दूसरा उठाया, उस तों बाद होर विचारां दियां लड़ियां उठांदा ही जा रहा है। अक्सर कोई तां पटारी है कि जिथों इतनी ये शक्ति लै लै के इतना कुछ दिखा रहा है। इस करके इस सुंदर अदृश्य शक्ति, चाहे ये चेतना अजे नहीं दिसदी, पर कदी भी सानू तंग दिल नहीं हो जाना चाहिदा, मायूस नहीं हो जाना चाहिदा। जद तक इस कट दे विच साडा साहब हाजर नाजर है, प्राणा नूं स्पंदन दे रहा है, प्राणा दे विच हलचल हो रही है, तो जल्दी उस प्राणपति दे नाल, उस अंतरजामी दे नाल दोस्ती करनी सिख लैनी है। बस इसी एक विचार दे नाल ही असी बहुत बुलंद इरादियां विच आ सकते हाँ, असी निराधार हो सकते हाँ। अरे संसार दे आधार लै लै के असी इन्हां अखां नाल देख रहे हाँ कि कोई भी तां किसे दा नहीं बनदा, सारे ही बड़े तरह दे आपस दे विच बंधन तां बहुत करदे, गठबंधन तां बहुत देई जांदे कि मैं तेरा तू मेरा, पर देखो मौत दे टाइम ते क्या
ਬਿਮਾਰੀ ਦੇ ਟਾਈਮ ਤੇ ਜਾਂ ਕਿਸੇ ਤਰ੍ਹਾਂ ਦੀ ਲਾਚਾਰੀ ਹਾਲਤ ਘਰ ਵਿੱਚ ਖਰਾਬ ਆ ਜਾਣ ਤੇ ਕੋਈ ਵੀ ਤੈ ਸ੍ਰਿਸ਼ਟੀ ਵਿੱਚ ਕਿਸੇ ਦਾ ਨਹੀਂ। ਲੇਕਿਨ ਉਹ ਸਾਹਿਬ ਅੰਦਰ ਤੋਂ ਪ੍ਰੇਰਨਾ ਦੇਣ ਵਾਲਾ, ਅੰਦਰ ਤੋਂ ਸ਼ਕਤੀਆਂ ਦੇਣ ਵਾਲਾ, ਅੰਦਰ ਤੋਂ ਵਿਚਾਰਾਂ ਨੂੰ ਦੇਣ ਵਾਲਾ, ਕਰਮਾਂ ਦੇ ਪ੍ਰਤੀ ਸਾਨੂੰ ਦੱਸਣ ਵਾਲਾ ਸਾਡੇ ਤੋਂ ਕਦੀ ਨਹੀਂ ਵਿਛੜਿਆ। ਕਿਉਂ ਨਾ ਅਸੀਂ ਉਸ ਆਪਣੇ ਨੋਰ ਨੂੰ ਜਗਾਈਏ, ਆਪਣੇ ਅੰਤਰ ਜਾਮੀ ਨੂੰ ਜਗਾਈਏ ਕਿ ਸਾਡਾ ਨੋਰ